ਥੋੜੀ ਸਹੀ ਚੱਲੇਗੀ ਅੱਗੇ ਨਾਲੋਂ। ਚਲੋ ਯਾਰ ਗਾਈਸ, ਉੱਤਰਾਖੰਡ 'ਚ ਵੜਦੇ ਸਾਰ ਯਾਰ ਬੰਦੇ ਨੂੰ ਪਤਾ ਲੱਗ ਜਾਂਦਾ ਹੈਗਾ ਵੀ ਦੇਵ ਭੂਮੀ ਹੈਗੀ ਆ। ਹਾਂਜੀ ਗਾਇਜ਼, ਗੁੱਡ ਮਾਰਨਿੰਗ ਜੀ, ਵੈਲਕਮ ਬੈਕ ਟੂ ਦਾ ਅਨਦਰ ਵਲੋਗ। ਉਮੀਦ ਕਰਦਾ ਤੁਸੀਂ ਸਾਰੇ ਵਧੀਆ ਹੋਵੋਗੇ ਜੀ। ਮੈਂ ਵੀ ਬਿਲਕੁਲ ਠੀਕ ਹੈਗਾ ਵਾਂ। ਬਾਕੀ ਡੇ 2 ਦੀ ਸ਼ੁਰੂਆਤ ਹੋ ਗਈ ਆ ਜੀ। ਗੁੱਡ ਮਾਰਨਿੰਗ ਸਾਰਿਆਂ ਨੂੰ। ਅਤੇ ਇਸ ਟਾਈਮ ਅਸੀਂ ਹਰਿਦੁਆਰ ਵਿੱਚ ਖੜ੍ਹੇ ਹਾਂ ਅਤੇ ਹੁਣ ਇੱਥੋਂ ਆਪਣੀ ਨੈਕਸਟ ਜਰਨੀ ਰਹੇਗੀ ਜੀ ਨੈਨੀਤਾਲ ਦੀ, ਜੋ ਕਿ ਹੁਣ ਹਾਲੇ ਤਾਂ ਆਪਾਂ ਉੱਠ ਕੇ ਯਾਰ ਤਿਆਰ ਤਿਉਰ ਹੋਏ ਹਾਂ ਅਤੇ ਰੋਟੀ ਪਾਣੀ ਖਾ ਖੂ ਲਈਏ ਅਤੇ ਫਿਰ ਉਸ ਤੋਂ ਬਾਅਦ ਆਪਾਂ ਆਪਣੀ ਅੱਗੇ ਦੀ ਜਰਨੀ ਸ਼ੁਰੂ ਕਰਦੇ ਹਾਂ। ਬਾਕੀ ਮਾਹੌਲ ਪੂਰਾ ਸਹੀ ਹੈਗਾ। ਅੰਮ੍ਰਿਤਸਰ 'ਚ ਧੁੰਦ ਪੈਂਦੀ ਹੈਗੀ ਯਾਰ, ਪਹਿਲੀ ਵਾਰ ਇੱਥੇ ਧੁੰਦ ਹੀ ਨਹੀਂ ਹੈਗੀ। ਅਸੀਂ ਸਵੇਰੇ ਉੱਠ ਕੇ ਵੇਖਿਆ ਟੋਟਲੀ ਧੁੰਦ ਨੇ, ਲਿਸ਼ਕਾਰਾ ਪੈ ਜਾਂਦਾ ਮੇਰੇ ਮੂੰਹ 'ਤੇ, ਵੇਖੋ ਧੁੱਪ ਬੜੀ ਤਿੱਖੀ ਲੱਗੀ ਹੋਈ ਆ। ਅਤੇ ਕਹਿੰਦੀ ਤੈਨੂੰ ਵੇਖ ਦਿਖਦੀ ਧੁੱਪ, ਧੁੱਪ ਬਹੁਤ ਜ਼ਿਆਦਾ ਘੈਂਟ ਵਾਲੀ ਹੈਗੀ। ਸੇਮ ਸੇਮ ਪਿਊਮਾ, ਸੇਮ ਸੇਮ ਟਰੈਕ। ਚਲੋ ਠੀਕ ਆ, ਓਕੇ ਬਾਏ, ਮਿਲਦੇ ਹਾਂ। ਆਪਾਂ ਆਪਣਾ ਰੂਟ ਫੜ ਲਿਆ ਜੀ ਨੈਨੀਤਾਲ ਵਾਲਾ। ਸਾਹਮਣੇ ਤੁਹਾਨੂੰ ਪਹਾੜੀਆਂ ਵੇਖਦੀਆਂ ਹੋਣੀਆਂ ਵਾ, ਹਾਲੇ ਸਿਰਫ ਸ਼ੁਰੂਆਤ ਹੈਗੀ ਆ। ਮੌਸਮ ਬੜਾ ਜਿਹਨੂੰ ਕਹਿੰਦਾ ਨਾ ਕੈੜਾ ਹੋਇਆ ਪਿਆ ਹਰਿਆਣੇ ਵਿੱਚ, ਕੈੜਾ ਮੌਸਮ ਉਹ ਹੈਗਾ ਜੀ ਮੌਸਮ। ਬਹੁਤ ਵਧੀਆ ਧੁੱਪ ਚੜ੍ਹੀ ਹੋਈ ਆ, ਮੱਠੀ ਮੱਠੀ ਮਜ਼ਾ ਆ ਰਿਹਾ। ਇੱਥੋਂ ਸਾਨੂੰ ਪੂਰੇ ਲੱਗਣੇ ਜੀ 5.5 ਘੰਟੇ, 250 ਕਿਲੋਮੀਟਰ ਹੈਗਾ ਵਾ, ਕਿਉਂਕਿ ਅਸੀਂ ਹੁਣ ਇੱਥੋਂ ਪਲੈਨ 'ਚ ਥੋੜ੍ਹਾ ਟਵਿਸਟ ਆ ਗਿਆ ਵਾ। ਅਸੀਂ ਸਿੱਧਾ ਚੱਲੇ ਹਾਂ ਜੀ ਕੈਂਚੀ ਧਾਮ। ਨੈਨੀਤਾਲ ਆਪਾਂ ਬਾਅਦ 'ਚੋਂ ਆਵਾਂਗੇ, ਪਹਿਲੇ ਹੁਣ ਅਸੀਂ ਸਿੱਧਾ ਇੱਥੋਂ ਚੱਲੇ ਹਾਂ ਜੀ ਕੈਂਚੀ ਧਾਮ। ਸੋ ਗਾਈਜ਼, ਹੁਣ ਆਪਾਂ ਸਵੇਰੇ ਕੁਛ ਖਾਧਾ ਪੀਤਾ ਨਹੀਂ, ਇਸ ਕਰਕੇ ਇੱਥੇ ਪਹਿਲੀ ਚਾਹ ਚੱਲਣ ਦੀ ਹੈ। ਤੁਸੀਂ ਵੀ ਚੱਕੋ ਚਾਹ, ਚਾਹ ਟੋਪ ਦੀ। ਮੈਂ ਨਹੀਂ ਮੱਠੀ ਖਾਣੀ, ਮੈਂ ਤਲਿਆ ਖਾਣਾ ਨਹੀਂ ਹੈਗਾ ਯਾਰ, ਇਸ ਕਰਕੇ ਮੈਂ ਸਿੰਪਲ ਚਾਹ ਪੀਣ ਲੱਗਾ ਵਾਂ। ਅਤੇ ਬਾਕੀ ਰੋਟੀ ਦੀ ਹਾਲੇ ਜ਼ਿਆਦਾ ਹੈਗਾ ਨਹੀਂ ਆ, ਸਵੇਰੇ ਸਵੇਰੇ ਅਸੀਂ ਘੱਟ ਖਾਈਦਾ। ਪੂਰੇ ਮਤਲਬ ਦੀ ਚਾਹ ਬਣੀ ਆ, ਮਿੱਠਾ ਤੇਜ਼। ਹੁਣ ਆਪਾਂ ਆਪਣੇ ਬ੍ਰੇਕਫਾਸਟ ਲਈ ਰੁਕੇ ਹਾਂ, ਸਵੇਰ ਦਾ ਬ੍ਰੇਕਫਾਸਟ ਕਰਨ ਲੱਗੇ ਹਾਂ। ਹੁਣ ਥਾਲੀ ਮੰਗਾ ਲਈ ਆ, ਸਾਰੇ ਰੱਜ ਕੇ ਰੋਟੀ ਖਾਵਾਂਗੇ, ਭੁੱਖ ਕਿਉਂਕਿ ਹੁਣ ਲੱਗ ਗਈ ਹੋਈ ਆ। ਮੇਰੇ ਬੰਦੇ ਨੇ ਬ੍ਰੇਕਫਾਸਟ ਕੀਤਾ ਹੋਵੇ ਨਾ ਤਾਂ ਕੰਮ ਸੈੱਟ ਰਹਿੰਦਾ ਹੈਗਾ ਵਾ। ਬਾਕੀ ਹੁਣ ਇੱਥੋਂ ਖਾ ਪੀ ਕੇ ਅਤੇ ਫਿਰ ਜਾਂਦੇ ਹਾਂ ਅੱਗੇ ਥਾਲੀ ਵਾਲਿਆਂ ਦਾ, ਫਿਰ ਤੁਹਾਨੂੰ ਥੋੜ੍ਹੀ ਝਲਕ ਵਿਖਾਉਣੀ। ਰੈਸਟੋਰੈਂਟ ਚੈੱਕ ਕਰੋ ਮੇਰੇ ਪਿੱਛੇ, ਪੂਰਾ ਵਧੀਆ ਲਗਜ਼ਰੀ ਆਹ ਵੇਖੋ। ਬਸ ਹੈ ਖਾਲੀ ਹੈਗਾ ਵਾ, ਹਾਲੇ ਜ਼ਿਆਦਾ ਰਸ਼ ਨਹੀਂ ਹੈਗਾ, ਇਸ ਕਰਕੇ ਅਸੀਂ ਇੱਥੇ ਰੁਕ ਗਏ ਵੀ ਇੱਥੇ ਭੀੜ ਘੱਟ ਹੈਗੀ। ਮੈਂ ਕਿਹਾ ਚਲੋ ਫਟਾਫਟ ਰੋਟੀ ਖਾਓ ਅਤੇ ਵਿਹਲੇ ਹੋਈਏ। ਬਸ 2-3 ਫੈਮਲੀਆਂ ਬੈਠੀਆਂ ਹੋਈਆਂ ਰੋਟੀ ਖਾਣ ਵਾਲੀਆਂ, ਬਾਕੀ ਜ਼ਿਆਦਾਤਰ ਹੈ ਨਹੀਂ ਹੈ ਨਾ ਲੋਕ। ਪ੍ਰਾਈਸ ਜੈਨੂਇਨ ਹੈਗਾ ਵਾ ਅਤੇ ਬਾਕੀ ਚੀਜ਼ ਹੁਣ ਖਾ ਕੇ ਦੇਖਾਂਗੇ ਕੁਆਲਿਟੀ ਕਿੱਦਾਂ ਦੀ ਆ। ਆਪਣੀ ਥਾਲੀ ਹੈਗੀ ਆ ਯਾਰ, ਵੈਜ ਥਾਲੀ ਇਹ ਕੀ ਆ, ਦਾਲ ਹੈਗੀ ਆ, ਬਾਕੀ ਆ ਨਾਲ ਤੰਦੂਰੀ ਫੁਲਕੇ ਅਤੇ ਉਹ ਖਾਂਦੇ ਆ ਬਹਿ ਕੇ। ਅਤੇ ਹੁਣ ਆਪਾਂ ਵੀ ਖਾਣ ਲੱਗੇ ਹਾਂ, ਖਾ ਕੇ ਅਤੇ ਫਿਰ ਕਰੋ ਯਾਰ ਕਿੰਨਾ ਵਧੀਆ ਹੈਗਾ ਵਾ। ਇੱਕ ਸਾਈਡ ਗੰਗਾ ਨਦੀ ਹੈਗੀ ਆ, ਵਿਚਕਾਰ ਸਾਡਾ ਰੋਡ ਚੱਲਣ ਦਿਆ ਵਾ ਅਤੇ ਆਸੇ ਪਾਸੇ ਗਰੀਨਰੀ ਗਰੀਨਰੀ, ਵਾਹ ਪੂਰਾ ਮਸਤ ਰੋਡ ਹੈਗਾ। ਬਾਕੀ ਹਾਲੇ ਪਹਾੜੀ ਇਲਾਕਾ ਸਟਾਰਟ ਨਹੀਂ ਹੋਇਆ ਹੈਗਾ, ਅੱਗੋਂ ਜਾ ਕੇ ਸਟਾਰਟ ਹੋਏਗਾ ਕਾਲਾ ਡੂੰਗੀ ਤੋਂ, ਫਿਰ ਪਹਾੜ ਉੱਤੋਂ ਸਟਾਰਟ ਹੋ ਜਾਣੇ ਹੈਗੇ ਆ। ਆਪਾਂ ਤਾਂ ਰਮਾਨਾ ਯਾਰ ਜਾਣਦੇ ਹਾਂ ਆਪਣੀ ਮੱਠੀ ਮੱਠੀ ਸਪੀਡ 'ਚ, ਰਿਕਾਰਡ ਕਰਦੇ ਕਿਉਂਕਿ ਆਪਾਂ ਨੂੰ ਫੁਟੇਜ ਵੀ ਚਾਹੀਦੀ ਹੈਗੀ ਆ।
ਕਿਉਂਕਿ ਆਪਾਂ ਤੁਹਾਨੂੰ ਵੀ ਦਿਖਾਉਣੀ ਆ ਅਤੇ ਇੰਜੋਇਮੈਂਟ ਕਰਨਾ ਹੈਗਾ ਵਾ। ਯਾਰ 5 ਮਿੰਟ ਦੇ ਨਾ ਬ੍ਰੇਕ ਲਈ ਰੁਕੇ ਸੀ ਕਿਉਂਕਿ ਬਾਹਰ ਮੌਸਮ ਬੜਾ ਵਧੀਆ ਹੈਗਾ। 5 ਮਿੰਟ ਨਾ ਯਾਰ ਰੁਕੇ ਸੀ ਮਾੜਾ ਸਟ੍ਰੈਚਿੰਗ ਬ੍ਰੇਕ ਲਈ। ਬਾਕੀ ਸਾਡਾ ਇੱਥੋਂ ਜਿਹੜਾ ਡਿਸਟੈਂਸ ਹੈਗਾ ਵਾ 200 ਕਿਲੋਮੀਟਰ ਹਾਲੇ ਰਹਿੰਦਾ ਹੈਗਾ ਵਾ। ਬਾਹਰ ਮੌਸਮ ਪਰ ਵਧੀਆ ਹੈਗਾ ਜੀ ਜ਼ਿਆਦਾ, ਮੈਂ ਇਸ ਕਰਕੇ 2 ਮਿੰਟ ਉਤਰਾ ਸੀ, ਮੈਨੂੰ ਨਾ ਗਰਮੀ ਲੱਗਣ ਲੱਗ ਪਈ, ਇਸ ਕਰਕੇ ਮੈਂ ਆਪਣਾ ਯਾਰ ਟਰੈਕ ਸੂਟ ਦਾ ਉੱਪਰ ਵਾਲਾ ਲਾ ਦਿੱਤਾ ਸੀ। ਬਾਕੀ ਹੁਣ ਪੂਰਾ ਸਹੀ ਲੱਗਣ ਦਿਆ ਵਾ, ਮੌਸਮ ਠੰਡਾ 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 ਠਾਰ। ਚਲੋ ਹੁਣ ਚੱਲਦੇ ਹਾਂ ਅੱਗੇ ਟੂਵਰਡਸ ਕੈਚੀ ਧਾਮ। ਯਾਰ ਆਹ ਰੋਡ ਇੰਨਾ ਵਧੀਆ ਬਣਿਆ ਹੋਇਆ ਨਾ ਜਿਹੜਾ ਹਰਿਦੁਆਰ ਤੋਂ ਨੈਨੀਤਾਲ ਨੂੰ ਕਨੈਕਟ ਕਰਦਾ ਹੈਗਾ ਵਾ, NH 734। ਇੱਥੇ ਆਪਾਂ ਯਾਰ 100 ਕਿਲੋਮੀਟਰ ਚੱਲੇ ਕਿਤੇ, ਐਡਾ ਵਧੀਆ ਰੋਡ ਹੈਗਾ ਨਾ, ਪੂਰਾ ਮੱਖਣ ਮਲਾਈ ਰੋਡ ਹੈਗਾ ਵਾ ਇਹ ਵਾਲਾ। ਕਿ ਇੱਥੋਂ ਸਾਨੂੰ ਹਾਲੇ ਲੱਗਣਾ ਜੇ 3 ਘੰਟੇ ਹੋਰ ਲੱਗਣੇ ਆ, ਲਿਖਿਆ 3 ਘੰਟੇ ਹੋਇਆ ਵਾ। ਅਸੀਂ ਫੁਟੇਜ ਰਿਕਾਰਡ ਕਰਦੇ ਜਾਵਾਂਗੇ ਅਤੇ ਸਾਨੂੰ ਟਾਈਮ ਥੋੜ੍ਹਾ ਜ਼ਿਆਦਾ ਹੀ ਲੱਗੇਗਾ ਕਿਉਂਕਿ ਰਿਕਾਰਡ ਕਰਦੇ ਕਰਦੇ ਟਾਈਮ ਲੱਗ ਹੀ ਜਾਂਦਾ ਹੈਗਾ ਵਾ। ਟੋਲ ਜਦੋਂ ਦੇ ਅੰਮ੍ਰਿਤਸਰ ਤੋਂ ਤੁਰੇ ਹੋਏ ਆ ਪਤਾ ਨਹੀਂ ਕਿੰਨੇ ਟੋਲ ਦੇ ਦਿੱਤੇ ਹੋਣੇ ਆ, ਟੋਲ ਹੀ ਨਹੀਂ ਯਾਰ ਮੁੱਕਣ ਦੇ। ਹਰ ਥੋੜ੍ਹੀ ਦੇਰ ਬਾਅਦ ਤੁਰੋ ਟੋਲ ਪਲਾਜ਼ਾ, ਹਰ ਥੋੜ੍ਹਾ ਅੱਗੇ ਜਾਓ ਟੋਲ ਪਲਾਜ਼ਾ। ਸੋ ਗਾਈਜ਼ ਫਾਈਨਲੀ ਇੱਥੋਂ ਹੁਣ ਪਹਾੜੀ ਰਸਤਾ ਸਟਾਰਟ ਹੋ ਗਿਆ ਹੋਇਆ ਵਾ, ਬਾਕੀ ਕਾਲਾ ਡੂੰਗੀ ਵਾਲੇ ਪਹੁੰਚਿਆ। ਹੁਣ ਇੱਥੋਂ ਯਾਰ ਖੜੀ ਚੜ੍ਹਾਈ ਆਪਣੀ ਹੈਗੀ ਆ ਨੈਨੀਤਾਲ ਦੀ, ਜੋ ਕਿ ਬਾਕੀ ਮੇਰੇ ਆਲੇ ਦੁਆਲੇ ਤੁਸੀਂ ਵੇਖਦੇ ਪਏ ਹੋ, ਸਾਰਾ ਜੰਗਲ ਏਰੀਆ ਹੈਗਾ ਵਾ, ਫੋਰੈਸਟ ਪੂਰਾ। ਅਤੇ ਗੱਡੀ ਆਪਣੀ ਪਾਰਕ ਹੋਈ ਪਈ ਆ ਇੱਥੇ, ਥੰਬਨੇਲ ਲੈਣ ਲਈ ਥੋੜ੍ਹਾ ਜਿਹਾ ਉਤਰੇ ਸੀ, ਵਧੀਆ ਲੱਗਦੀ ਪਈਆਂ ਸੀ ਇੱਥੇ। ਅਤੇ ਬਾਕੀ ਯਾਰ ਮਨਕਿਰਤ ਹੋਟਲ ਦਾ ਵੇਖਦਾ ਪਿਆ ਵਾ ਰੇਟ, ਅਤੇ ਹੁਣ ਕਿਉਂਕਿ ਬੁਕਿੰਗ ਪਹਿਲੇ ਕਰਨੇ ਪੈਣ ਦੀ ਆ ਯਾਰ, ਰਸ਼ ਬੜਾ ਹੈਗਾ ਵਾ ਇੱਥੇ। ਅਸੀਂ ਜਿੰਨੇ ਜਗ੍ਹਾ 'ਤੇ ਰੁਕੇ ਸਾਰੇ ਇਹੀ ਕਹਿੰਦੇ ਆ ਵੀ ਹੋਟਲ ਪਹਿਲਾਂ ਹੀ ਬੁੱਕ ਹੈਗੇ ਆ। ਚਲੋ ਬਾਕੀ ਵੇਖਦੇ ਆ ਕੋਈ ਨਹੀਂ ਅੱਗੇ ਜਾ ਕੇ ਕੀ ਮਾਹੌਲ ਚਾਲ ਹੈਗਾ ਵਾ, ਬਾਕੀ ਵੇਖਦੇ ਰਹੋ ਤੁਸੀਂ ਵੀ ਹੁਣ ਰੋਡ ਦੇ ਨਜ਼ਾਰੇ ਲਓ ਯਾਰ, ਕਿਉਂਕਿ ਹੁਣ ਮੈਂ ਜ਼ਿਆਦਾ ਵੀਡੀਓ ਰਿਕਾਰਡ ਕਰ ਨਹੀਂ ਸਕਦਾ ਆਪਣੇ ਹੱਥ ਨਾਲ, ਕਿਉਂਕਿ ਤੁਹਾਨੂੰ ਪਤਾ ਵਾ ਪਹਾੜਾਂ ਵਿੱਚ ਯਾਰ ਥੋੜ੍ਹੀ ਗੱਡੀ ਸੰਭਲ ਕੇ ਚਲਾਉਣੀ ਪੈਂਦੀ ਆ। ਬਾਕੀ ਹੁਣ ਬਾਕੀ ਜਿਹੜੇ ਫੁਟੇਜ ਆਉਣਗੇ ਉਹ ਤੁਸੀਂ ਇੰਜੋਏ ਕਰਦੇ ਰਹੇ। ਬਸ ਇੱਥੋਂ ਰਹਿ ਗਿਆ ਜੀ 25 ਕਿਲੋਮੀਟਰ ਕੈਂਚੀ ਧਾਮ। ਫਿਲਹਾਲ ਆਪਾਂ ਨਾ ਇੱਥੇ ਥੋੜ੍ਹੀ ਜਿਹੀ ਸਟ੍ਰੈਚਿੰਗ ਬ੍ਰੇਕ ਲਈ ਰੁਕੇ ਹੈਗੇ ਹਾਂ, ਕਿਉਂਕਿ ਨਾ ਮੈਨੂੰ ਇੱਦਾਂ ਲੱਗਾ ਸੀ ਜਿੱਦਾਂ ਨਾ ਬ੍ਰੇਕਾਂ 'ਚ ਸਮੈਲ ਆਉਣ ਲੱਗ ਪਈ ਹੈਗੀ ਆ ਟਾਇਰ 'ਤੇ। ਹੁਣ ਮੈਂ ਇੱਥੇ ਪਾਣੀ ਪਾ ਕੇ ਵੇਖਦਾ ਹੈਗਾ ਵਾਂ, ਥੋੜ੍ਹੇ ਨਾ ਇੱਦਾਂ ਜਲਨ ਦੀ ਸਮੈਲ ਆਉਣ ਲੱਗ ਪਈ, ਇਸ ਕਰਕੇ ਮੈਂ ਥੋੜ੍ਹੀ ਦੇਰ ਰੋਕਤੀ। ਮੈਂ ਕਿਹਾ ਥੋੜ੍ਹਾ ਇਹਨੂੰ ਬ੍ਰੇਕ ਦਿਉ, ਬਾਕੀ ਮੈਂ ਤੁਹਾਨੂੰ ਵਿਊ ਚੈੱਕ ਕਰਾਉਂਦਾ ਵਾਂ ਯਾਰ। ਅਗਰ ਹੁਣੇ ਵੇਖਿਓ ਕਿੱਡਾ ਘੈਂਟ ਵਿਊ ਵਿਖੇਗਾ ਤੁਹਾਨੂੰ। ਚੈੱਕ ਕਰੋ ਬਾਈ, ਸਹੀ ਆ ਕੰਮ ਸੈੱਟ ਹੈਗਾ ਥੋੜ੍ਹਾ ਜਿਹਾ। ਹੁਣ ਥੋੜ੍ਹੀ ਸਹੀ ਚੱਲੇਗੀ ਅੱਗੇ ਨਾਲੋਂ, ਥੋੜ੍ਹੀ ਦੇਰ ਇਹਨੂੰ ਰੈਸਟ ਦੇ ਦਿੱਤੀ ਹੋਈ ਆ। ਇੱਦਾਂ ਨਾ ਪਤਾ ਕੀ ਹੁੰਦਾ ਯਾਰ, ਬ੍ਰੇਕ ਘੱਟ ਲੱਗਦੀ ਹੈਗੀ ਆ ਜਦੋਂ ਫਿਰ ਉਦੋਂ ਸਮੈਲ ਆਉਣ ਲੱਗ ਪਏ, ਫਿਰ ਇਸ ਕਰਕੇ ਥੋੜ੍ਹਾ ਜਿਹਾ ਧਿਆਨ ਰੱਖਣੇ ਪੈਂਦਾ, ਉਹਨੂੰ ਠੰਡਾ ਕਰਨੇ ਪੈਂਦਾ ਵਾ ਪਹਾੜਾਂ ਦੀਆਂ। ਥੋੜ੍ਹੀਆਂ ਟਿਪਸ ਲੈ ਲਓ ਮੇਰੇ ਕੋਲ, ਬਾਕੀ ਮੈਂ ਕੌਣ ਹੁੰਦਾ ਟਿਪਸ ਦੇਣ ਵਾਲਾ, ਪਰ ਫਿਰ ਵੀ ਯਾਰ ਮੈਨੂੰ ਥੋੜ੍ਹਾ ਜ਼ਿਆਦਾ ਐਕਸਪੀਰੀਅੰਸ ਹੈਗਾ ਯਾਰ ਗੱਡੀ ਚਲਾਉਂਦਾ ਇੰਨਾ ਕਦੇ, ਭਾਵੇਂ ਮੈਂ 19 ਸਾਲ ਦਾ ਹੈਗਾ ਵਾਂ, ਪਰ ਫਿਰ ਵੀ ਡਰਾਈਵਰੀ ਆਪਾਂ ਕਰ ਲਈ ਦੀ ਆ ਓਕੇ ਰਿਪੋਰਟ ਨਾਲ ਰੱਬ ਦਾ ਨਾਂ ਲੈ ਕੇ।
ਹਾਂਜੀ ਗਾਈਸ, ਅਤੇ ਫਾਈਨਲੀ ਆਪਾਂ ਕੈਚੀ ਧਾਮ ਪਹੁੰਚ ਗਏ ਆ। ਟਾਈਮ ਫਿਲਹਾਲ 6:30 ਹੋ ਗਿਆ ਵਾ। ਪਹੁੰਚਦੇ ਪਹੁੰਚਦੇ ਯਾਰ ਕਾਫੀ ਟਾਈਮ ਲੱਗਾ ਕਿਉਂਕਿ ਰਸ਼ ਬੜਾ ਹੈਗਾ ਸੀ ਰਸਤਿਆਂ 'ਚ। ਬਾਕੀ ਸਾਡੀ ਵਿੱਚੋਂ ਯਾਰ ਗੱਡੀ ਦੇ ਨਾ ਕਲੱਚ ਪੇਟਾਂ ਵੀ ਥੋੜ੍ਹੀਆਂ ਸਮੈਲ ਮਾਰ ਲੱਗ ਪਈ, ਇੱਦਾਂ ਸੀ ਜਿੱਦਾਂ ਸਾੜੇ ਦੀ ਸਮੈਲ ਆਉਂਦੀ ਹੋਵੇ। ਫਿਰ ਮੈਂ ਵਿੱਚੋਂ ਰਸਤੇ 'ਚ ਰੁਕ ਕੇ ਕਿੰਨੀ ਵਾਰੀ ਉਹਨਾਂ ਦੇ ਪਾਣੀ ਵੀ ਪਾਇਆ ਹੈਗਾ ਵਾ। ਬਾਕੀ ਹੁਣ ਇੱਥੇ ਯਾਰ ਦੇਖਦੇ ਹਾਂ, ਅਸੀਂ ਪੁੱਛਿਆ ਸੀ ਉਹਨਾਂ ਕੋਲ, ਕਹਿੰਦੇ 7 ਵਜੇ ਮੰਦਰ ਬੰਦ ਹੋ ਜਾਂਦਾ ਹੈਗਾ ਵਾ, ਅਤੇ ਹੁਣ ਆਰਤੀ ਚੱਲਣ ਦੀ ਆ ਫਿਲਹਾਲ। ਮੈਂ ਸੋਚਿਆ ਫਿਰ ਸਵੇਰੇ ਹੀ ਜਾਵਾਂਗਾ, ਨਾਲੇ ਥੋੜ੍ਹਾ ਫੁਟੇਜ ਵੀ ਰਿਕਾਰਡ ਕਰ ਲਵਾਂਗਾ ਵੀ। ਹੁਣ ਵੈਸੇ ਅਸੀਂ ਘੁੰਮਣ ਜਾਣਾ ਹੈਗਾ, ਥੋੜ੍ਹਾ ਜਿਹਾ ਵੇਖ ਕੇ ਆਉਂਦੇ ਹਾਂ ਅਤੇ ਤੁਹਾਨੂੰ ਦਿਖਾਉਣਾ ਹੈਗਾ ਵਾ। ਬਾਕੀ ਉਮੀਦ ਕਰਦਾ ਤੁਹਾਨੂੰ ਅੱਜ ਦਾ ਵਲੋਗ ਵਧੀਆ ਲੱਗਾ ਹੈਗਾ। ਵਧੀਆ ਲੱਗਾ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ, ਅਤੇ ਆਉਣ ਵਾਲੇ ਵਲੋਗ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਰਾਤ ਦਾ ਡਿਨਰ ਯਾਰ, ਇਹ ਜਗ੍ਹਾ ਦਾ ਨਾਮ ਕੀ ਹੈਗਾ? ਲਿਖਿਆ ਆ ਇੱਥੇ ਲਿਖਿਆ ਨਹੀਂ ਆਇਆ ਮੈਨਿਊ। ਅਸੀਂ ਕਹਿ ਦਿੰਦਾ ਅਸੀਂ ਰੋਟੀ ਖਾਣਾ ਆ, ਬਸ ਠੀਕ ਆ, ਸਮਝ ਜਾ ਚੁੱਪ ਕਰਕੇ। ਹਾਂਜੀ, ਆਰਡਰ ਹੋ ਗਿਆ। ਰੈਸਟੋਰੈਂਟ ਦਾ ਨਾਮ ਕੀ ਹੈ? ਗੁਰੂਦੇਵ, ਗੁਰੂਦੇਵ ਰੈਸਟੋਰੈਂਟ। ਗੁਰੂਦੇਵ ਰੈਸਟੋਰੈਂਟ 'ਤੇ ਡਿਨਰ ਕਰਨ ਲੱਗੇ ਆ। ਬਾਕੀ ਇਹ ਤੋਂ ਖਾ ਪੀ ਕੇ ਫਿਰ ਉੱਪਰ ਜਾਵਾਂਗੇ, ਅਤੇ ਬਾਹਰੋਂ ਥੋੜ੍ਹਾ ਜਿਹਾ ਤੁਹਾਨੂੰ ਮੈਂ ਵਿਊ ਦਿਖਾਵਾਂਗਾ ਕੈਂਚੀ ਧਾਮ ਦਾ। ਰੋਟੀ ਪਾਣੀ ਖਾ ਕੇ ਵਿਹਲੇ ਹੁੰਦੇ ਹਾਂ, ਵਿਹਲੇ ਭੁੱਖ ਬਹੁਤ ਜ਼ਿਆਦਾ ਲੱਗੀ ਯਾਰ। ਪਤਾ ਨਹੀਂ ਕਿਉਂ ਇੱਦਾਂ ਹੁੰਦਾ, ਸਾਡਾ ਅਸੀਂ ਨਾ ਸਫ਼ਰ ਜ਼ਿਆਦਾ ਕਰ ਲਿਆ ਵਾ, ਅਸੀਂ ਜਿੱਥੇ ਪੈਂਦੇ ਸਾਨੂੰ ਉੱਥੇ ਲੱਗਦਾ ਧਰਤੀ ਕੰਬਦੀ ਆ। ਤੈਨੂੰ ਵੀ ਲੱਗਦਾ ਪੈਣਾ ਵੇ ਭਰਾ, ਕੱਲ੍ਹ ਦਾ ਸਿਸਟਮ ਕੱਲ੍ਹ ਦਾ ਹੀ ਸਾਨੂੰ ਇੱਦਾਂ ਲੱਗੀ ਜਾਣ ਦਿਆ, ਧਰਤੀ ਜਿਹੜੀ ਹੈਗੀ ਨਾ ਇੱਦਾਂ ਇੱਦਾਂ ਕੰਬੀ ਜਾਣ ਦੀ, ਪਤਾ ਨਹੀਂ। ਚਲੋ ਮੰਨਿਆ ਸਫ਼ਰ ਕਰਕੇ, ਪਰ ਕੱਲ੍ਹ ਬੈਡ ਲਾ ਕੇ ਸਿਸਟਮ ਹੈਗਾ। ਕੱਲ੍ਹ ਬੈਡ ਪਤਾ ਨਹੀਂ ਆਪਣੇ ਆਪ ਹਿਲਦਾ ਪਿਆ ਸੀ, ਅੱਜ ਪਤਾ ਨਹੀਂ ਯਾਰ ਅੱਜ ਕਿਉਂ ਇੱਥੇ ਜਿਹੜਾ ਵੇਟਰ ਹੈਗਾ ਯਾਰ, ਅਸੀਂ ਉਹਨੂੰ ਕਿਹਾ ਵੀ ਇਹ ਕੰਮ ਦਾ ਹੋ ਪਿਆ ਵਾ, ਉਹ ਕਹਿੰਦਾ ਮੈਨੂੰ ਤਾਂ ਲੱਗਦਾ ਵਿਆਹ ਤੁਹਾਨੂੰ ਵੀ ਲੱਗਣ ਦਿਆ ਕੰਮ ਪਾਵੇ ਲੱਗੇ ਨਾ ਉਹਦੀ। ਸੁਣ ਲਓ ਕਹਿੰਦਾ, ਕਹਿੰਦਾ ਪਾਵੇ ਲੱਗੇ ਤਾਂ ਸੋਫੇ ਦੇ ਪਾਵੇ ਲੱਗੇ ਹੁੰਦੇ, ਹੋਰ ਕੀ ਲੱਗਾ ਹੁੰਦਾ ਵਾ ਇੱਥੇ। ਆਹ ਕਿੱਡੀ ਤੇਜ਼ ਝਟਕੇ ਵੱਜਦੇ ਯਾਰ, ਝਟਕੇ ਬਹੁਤ ਵੱਜਦੇ ਆ। ਚਲੋ ਯਾਰ ਰੋਟੀ ਖਾ ਲਈਏ ਯਾਰ, ਫਿਰ ਮਿਲਦੇ ਆ।